मेरे YouTube चैनल दे विच आप जी का स्वागत है। आज असी 5.3 दे क्वेश्चन हल करांगे। इस चैप्टर दे सारे क्वेश्चन देखने दे लई डिस्क्रिप्शन दे विच लिंक दिते गए हैं, तो आओ हल करिए क्वेश्चन नंबर 9। जेकर किसी एपी दे पहले 7 पदों का जोड़फल 49 है, पहले 13 पदों का जोड़फल 299 है, तो इसके पहले एन पदों का जोड़ पता करो। सानू पहले 7 पदों का जोड़फल 49 दिता है, पहले 17 पदों का जोड़फल 299 दिता है, एन पदों का जोड़फल असी पता करना है। मान लो एपी का पहला पद ए, सांझा अंतर डी है। सानू दिता है एस 7 बराबर 49। असी एस एन का फॉर्मूला जानते हाँ, जो कि एन बटा 2 ए प्लस एन माइनस 1 डी होंदा है। असी एन की जगह से 7 भर देंगे हाँ, इसलिए साडे कोल 7 बटा 2 ए प्लस 7 माइनस 1 डी बराबर 49 प्राप्त होया। 7 बटा 2 ए 7 विचों 1 कटाउंदे 6 बराबर 49। ब्रैकेट विचों 2 सांझा कट लैंदे हाँ, तो 7 बटा 2 गुणा 2 ए प्लस 3 डी बराबर 49। 2 नाल 2 कट गया, 7 ए प्लस 3 डी बराबर 49। दोनों पासे 7 नाल पाक करन ते ए प्लस 3 डी बराबर 49 बटा 7। 7 दे पहाड़े ते कट देंदे हाँ, इस तरह ए प्लस 3 डी बराबर 7 समीकरण नंबर 1। हुण सानू एस 17 पदों का जोड़फल 299 दिता है, तो एन की जगह ते असी 17 भर देंदे हाँ, 17 बटा 2 ए प्लस 17 माइनस 1 डी बराबर 299। 17 बटा 2 ए प्लस 17 माइनस 1 16 डी बराबर 299। असी इस टर्म विचों 2 कॉमन कढ लैंदे हाँ, तो ए प्लस 8 डी बराबर 299। 2 नाल 2 कट देंदे हाँ, 17 ए प्लस 8 डी बराबर 299। दोनों पासे 17 नाल पाक करन ते ए प्लस 8 डी बराबर 299 बटा 17। 17 दे पहाड़े ते कट देंदे हाँ, इस तरह ए प्लस 8 डी बराबर 17 समीकरण नंबर 2। असी समीकरण नंबर 1 अते 2 तो ए अते डी दी मुल कढ़ांगे, तो समीकरण नंबर 1 अते 2 तो समीकरण नंबर 1 जो कि साडे कोल 3 डी बराबर 7 है, इस तरह समीकरण नंबर 2 ए प्लस 8 डी बराबर 17 है। ਤਾਂ ਸਮੀਕਰਨ ਨੰਬਰ 1 ਵਿੱਚੋਂ 2 ਘਟਾਉਣ ਤੇ ਮਾਈਨਸ 5 ਡੀ ਬਰਾਬਰ ਮਾਈਨਸ 10, ਦੋਵਾਂ ਪਾਸੇ ਮਾਈਨਸ 5 ਨਾਲ ਭਾਗ ਕਰਨ ਤੇ ਡੀ ਬਰਾਬਰ ਮਾਈਨਸ 10 ਬਟਾ ਮਾਈਨਸ 5, ਮਾਈਨਸ ਨਾਲ ਮਾਈਨਸ ਕੱਟ ਗਿਆ, 5 ਦੇ ਪਹਾੜੇ ਤੇ 10 ਨੂੰ ਕੱਟਣ ਤੇ ਡੀ ਬਰਾਬਰ 2 ਪ੍ਰਾਪਤ ਹੋਇਆ। ਹੁਣ ਅਸੀਂ ਡੀ ਦਾ ਮੁੱਲ ਸਮੀਕਰਨ ਨੰਬਰ 1 ਵਿੱਚ ਭਰ ਦੇਵਾਂਗੇ, ਤਾਂ ਸਮੀਕਰਨ ਨੰਬਰ 1 ਦੇ ਵਿੱਚ ਡੀ ਦਾ ਮੁੱਲ ਭਰਨ ਤੇ बराबर 7, इस तरह ए प्लस 6 बराबर 7 अते ए बराबर 7 माइनस 6 बराबर 1, तो सानू ए अते डी दे मुल प्राप्त हो गए हैं। हुण असी एन पदों का जोड़फल पता करना है, जोड़फल का फॉर्मूला असी जानते हाँ, इसलिए एस एन बराबर एन बटा 2 ए दा मुल 1 असी कढ़ चुके हाँ, एन माइनस 1 डी दा मुल जो कि 2 असी कढ़ चुके हाँ, परंते एन बटा 2 प्लस 2 नाल अंदर गुणा करनते 2 नाल 2 कट जाएगा, एन बटा 2 गुणा 2 एन,
ਦੋਨਾਂ ਦੋ ਕੱਟਣ ਤੇ ਇਸ ਤਰ੍ਹਾਂ ਐਸ ਐਨ ਬਰਾਬਰ ਐਨ ਸਕੁਅਰ ਪ੍ਰਾਪਤ ਹੋਇਆ। ਕੁਐਸਚਨ ਨੰਬਰ 10 ਦਿਖਾਓ ਕਿ ਏ ਵਨ ਏ ਟੂ ਏ ਐਨ ਤੋਂ ਇੱਕ ਏ ਪੀ ਬਣਦੀ ਹੈ ਜੇ ਏ ਐਨ ਹੇਠ ਦਿੱਤੇ ਅਨੁਸਾਰ ਪ੍ਰਭਾਸ਼ਿਤ ਹੋਵੇ। ਏ ਐਨ ਬਰਾਬਰ 3+4n ਸਾਨੂੰ ਦਿੱਤਾ ਹੈ, ਨਾਲ ਹੀ ਹਰੇਕ ਸਥਿਤੀ ਵਿੱਚ ਪਹਿਲੇ 15 ਪਦਾਂ ਦਾ ਜੋੜਫਲ ਪਤਾ ਕਰੋ। ਸਾਨੂੰ ਦਿੱਤਾ ਹੈ ਏ ਐਨ ਬਰਾਬਰ 3+4n, ਅਸੀਂ ਐਨ ਬਰਾਬਰ 1, 2, 3 ਐਂਡ ਸੋ ਔਨ ਭਰ ਦਿੰਦੇ ਹਾਂ ਤਾਂ ਐਨ ਬਰਾਬਰ 1 ਭਰਨ ਤੇ ਏ 1 ਬਰਾਬਰ 3+4×1 ਇਸ ਤਰ੍ਹਾਂ 3+4=7। ਸਾਡੇ ਕੋਲ ਪਹਿਲੀ ਟਰਮ ਆ ਚੁੱਕੀ ਹੈ 7। ਇਸੇ ਤਰ੍ਹਾਂ ਐਨ ਬਰਾਬਰ 2 ਭਰਨ ਤੇ ਏ 2=3+4×2 ਏ 2=3+8 ਇਸ ਤਰ੍ਹਾਂ ਏ 2=11। ਐਨ ਬਰਾਬਰ 3 ਭਰਨ ਤੇ ਏ 3=3+4×3 ਏ 3=3+12 ਅਤੇ ਏ 3=15। ਅਸੀਂ ਜਾਣਦੇ ਹਾਂ ਜੇ ਕੋਈ ਏ ਪੀ ਹੈ ਤਾਂ ਉਹਨਾਂ ਦਾ ਸਾਂਝਾ ਅੰਤਰ ਬਰਾਬਰ ਹੋਣਾ ਚਾਹੀਦਾ ਹੈ, ਇਸ ਲਈ ਅਸੀਂ ਪਹਿਲਾਂ ਸਾਂਝਾ ਅੰਤਰ ਪਤਾ ਕਰਦੇ ਹਾਂ ਜੋ ਕਿ ਅਸੀਂ ਜਾਣਦੇ ਹਾਂ ਦੂਸਰੀ ਟਰਮ ਦੇ ਵਿੱਚੋਂ ਪਹਿਲੀ ਟਰਮ ਨੂੰ ਘਟਾਉਣ 'ਤੇ ਪ੍ਰਾਪਤ ਹੋਵੇਗਾ। 11-A1 ਦਾ ਮੁੱਲ 7 ਹੈ, ਇਸ ਤਰ੍ਹਾਂ D1=4 ਪ੍ਰਾਪਤ ਹੋਇਆ। ਹੁਣ ਅਸੀਂ D2 ਪਤਾ ਕਰਦੇ ਹਾਂ ਜੋ ਕਿ A3 ਵਿੱਚੋਂ A2 ਨੂੰ ਘਟਾਉਣ 'ਤੇ ਪ੍ਰਾਪਤ ਹੋਵੇਗਾ। A3=15-A2=11 D2=4 ਇਸ ਤਰ੍ਹਾਂ ਅਸੀਂ ਦੇਖਿਆ D1=D2=4 ਹੈ, ਇਸ ਲਈ ਦਿੱਤੀ ਹੋਈ ਟਰਮ ਏ ਪੀ ਵਿੱਚ ਹੈ ਤਾਂ ਇਸ ਤਰ੍ਹਾਂ ਇਹ ਏ ਪੀ ਹੈ। ਹੁਣ ਅਸੀਂ ਐਨ ਬਰਾਬਰ 15 ਪਦਾਂ ਦਾ ਜੋੜਫਲ ਪਤਾ ਕਰਨਾ ਹੈ। ਅਸੀਂ ਜੋੜਫਲ ਦਾ ਸੂਤਰ ਜਾਣਦੇ ਹਾਂ, n/2 2a+n-1d। ਐਨ ਬਰਾਬਰ 15 ਭਰਨ ਤੇ 2a ਦਾ ਮੁੱਲ ਸਾਡੇ ਕੋਲ ਪਹਿਲੀ ਟਰਮ ਦੇ ਵਿੱਚ 7 ਹੈ, +15-1d ਦਾ ਮੁੱਲ ਸਾਡੇ ਕੋਲ 4 ਹੈ। ਇਸ ਤਰ੍ਹਾਂ 15/2 14+15-1 14×4=14 ਵਿੱਚ 56 ਜੋੜਨ 'ਤੇ ਸਾਨੂੰ 70 ਪ੍ਰਾਪਤ ਹੁੰਦਾ ਹੈ। ਇਸ ਤਰ੍ਹਾਂ 2 ਦੇ ਪਹਾੜੇ 'ਤੇ ਕੱਟਣ 'ਤੇ 15×35 ਇਸ ਤਰ੍ਹਾਂ ਐਸ 15=15 × 35 525। ਕੁਐਸਚਨ ਨੰਬਰ 11 ਜੇਕਰ ਕਿਸੇ ਏ ਪੀ ਦੇ ਪਹਿਲੇ ਐਨ ਪਦਾਂ ਦਾ ਜੋੜਫਲ 4n-n² ਹੋਵੇ ਤਾਂ ਇਸ ਦਾ ਪਹਿਲਾ ਪਦ ਕੀ ਹੈ, ਪਹਿਲੇ 2 ਪਦਾਂ ਦਾ ਜੋੜਫਲ ਕੀ ਹੈ। ਇਸੇ ਤਰ੍ਹਾਂ ਤੀਸਰਾ, ਦਸਵਾਂ ਅਤੇ nth ਟਰਮ ਪਤਾ ਕਰੋ। ਸਾਨੂੰ ਏ ਪੀ ਦੇ ਪਹਿਲੇ ਐਨ ਪਦਾਂ ਦਾ ਜੋੜਫਲ 4n-n² ਦਿੱਤਾ ਹੈ, ਇਸ ਤਰ੍ਹਾਂ ਅਸੀਂ ਲਿਖਦੇ ਹਾਂ SN=4n-n² n=1 ਭਰਨ ਤੇ S1=4, ਐਨ ਦੀ ਜਗ੍ਹਾ ਤੇ 1 ਰੱਖਦੇ ਹਾਂ ਤਾਂ S1=4-1 ਤਾਂ S1=3 ਪ੍ਰਾਪਤ ਹੋਇਆ। S1 ਦਾ ਮਤਲਬ ਹੈ ਪਹਿਲੇ ਪਦ ਦਾ ਜੋੜ, ਤਾਂ ਇਸ ਲਈ ਪਹਿਲਾ ਪਦ ਸਾਡੇ ਕੋਲ 3 ਪ੍ਰਾਪਤ ਹੋਇਆ। ਹੁਣ ਅਸੀਂ n=2 ਕਰਦੇ ਹਾਂ, ਇਸ ਲਈ S2=4 2-2 ਦਾ ਸਕੁਅਰ S2=4 ਨੂੰ 2 ਨਾਲ ਗੁਣਾ ਕਰਨ ਤੇ 8, 2 ਦਾ ਸਕੁਅਰ ਅਸੀਂ ਜਾਣਦੇ ਹਾਂ 4, S2=8 ਵਿੱਚੋਂ 4 ਘਟਾਉਣ ਤੇ 4। ਪਹਿਲੇ 2 ਪਦਾਂ ਦਾ ਜੋੜਫਲ 4 ਪ੍ਰਾਪਤ ਹੋਇਆ ਹੈ। ਅਸੀਂ ਪਹਿਲੇ 2 ਪਦਾਂ ਨੂੰ A1+A2 ਲਿਖ ਸਕਦੇ ਹਾਂ ਕਿਉਂਕਿ ਅਸੀਂ A1 ਦਾ ਮੁੱਲ 3 ਕੱਢ ਚੁੱਕੇ ਹਾਂ, ਇਸ ਲਈ 3+A2
बराबर चार, ए दो बराबर चार माइनस तीन, इस तरह ए दो बराबर एक प्राप्त होया। हुण असी तीसरा दसवां ते अंथ टर्म कढ़नी है, इसलिए सानू सांझा अंतर चाहिदा है जो कि असी ए दो चो ए एक घटा के प्राप्त कर सकते हाँ, क्योंकि ए दो एक है अते ए एक दा मूल साढ़े कोल तीन है, इसलिए सांझा अंतर माइनस दो प्राप्त होया। हुण असी अंथ टर्म सब तो पहला कढ़ लवांगे, तो असी जानते हैं अंथ टर्म का सूत्र ए प्लस एन माइनस एक डी, ए एन बराबर ए दा मूल साढ़े कोल तीन है, एन माइनस एक डी दा मूल माइनस दो है, ए एन बराबर तीन माइनस दो नाल गुणा करन ते दो एन प्लस दो, इस तरह ए एन बराबर तीन विच दो जुड़न ते पांच माइनस दो एन प्राप्त होया, जो कि साढ़े समीकरण नंबर एक है। हुण असी तीसरा पद कढ़ना है, इसलिए एन बराबर तीन समीकरण नंबर एक विच भर देंदे हाँ, तो ए तीन पांच माइनस दो तीन, ए तीन बराबर पांच माइनस छे, इस तरह ए तीन माइनस एक प्राप्त होया, तीसरा पद माइनस एक होगा। इस तरह असी दसवां पद कढ़ना है, तो एन बराबर दस समीकरण नंबर एक विच भर देंदे हाँ, ता ए दस बराबर पांच माइनस दो गुणा दस बराबर पांच माइनस वी, ता ए दस बराबर माइनस पंद्रह प्राप्त होया। क्वेश्चन नंबर बारह, अजिहियां पहलियां चाली तन संपूर्ण संख्यावां दा जोड़फल पता करो जो छे नाल भागयोग होण, ता असी जानते हाँ छे नाल भागयोग पहलियां चाली संख्यावां जो कि छे बारह अठारह एंड सो ओन, चाली संख्यावां असी पता करनियां हन, इसलिए छे नूं चाली नाल गुणा करके 240 अंतिम संख्या प्राप्त की। असी इन्हां संख्यावां दा जोड़फल पता करना है, इसलिए ए बराबर छे अते डी बराबर दूसरी टर्म विच्चों पहली टर्म कटा के असी प्राप्त करते हाँ, जो कि छे प्राप्त होया। सानू एन बराबर 40 दिता होया है, इस तरह असी जोड़ पता करन दा फॉर्मूला जानते हाँ, जो कि एन बटा दो दो ए प्लस एन माइनस एक डी हुंदा है, ता एन बराबर 40 करन ते 40 बटा दो दो ए दा मुल 6 प्लस एन दा मुल 40 अते डी दा मुल 6 करन ते दो दे पहाड़े ते 40 नूं कट देंदे हाँ, एस 40 बराबर वी, दो नूं 6 नाल गुणा करन ते 12 प्लस 40 विच्चों एक कटाउण ते 39 गुणा 6, इस तरह वी गुणा 12 प्लस 39 नूं 6 नाल गुणा करन ते सानूं 234 प्राप्त हुंदा है, वी गुणा 234 विच 12 जोड़न ते 246, इस तरह एस 40 बराबर वी नूं 246 नाल गुणा करन ते 4920 प्राप्त। क्वेश्चन नंबर 13, 8 दे पहले 15 गुणजां दा जोड़फल पता करो, आओ हल करिए। 8 दे पहले 15 गुणज जो असी जानते हाँ 8 16 24 एंड सो ऑन अते लास्ट 120, ता इन्हां दा असी जोड़फल पता करना है, इस तरह सानू ए बराबर 8 अते डी बराबर 16 विच्चों 8 कटाउण दे 8 प्राप्त होया, एन सानू 15 दिता होया है, एस एन दा सूत्र असी एन बटा दो दो ए प्लस एन माइनस 1 डी जानते हाँ, एन बराबर 15 परन ते 15 बटा दो दो ए दा मुल 8 परन ते प्लस एन 15 माइनस 1 अते डी बराबर 8 परन ते 15 बटा दो 8 नूं 2 नाल गुणा करन ते 16 प्लस 15 विचों 1 कटाउण ते 14 गुणा 8, इस तरह 15 बटा दो 16 प्लस 14 नूं 8 नाल गुणा करन ते 112
बटा दो 112 16 जोड़न से 128 128 दो नाल काट देंगे हाँ जो कि 64 प्राप्त होंगे है। इस तरह 15 × 64 तो एस 15 बराबर 15 × 64 नाल गुणा करन ते 960 प्राप्त होया। क्वेश्चन नंबर 14 जीरो अते 50 दे विचकार टांक संख्यावां दा जोड़फल पता करो, यानी कि जीरो अते 50 दे विचकार आउण वालियां टांक संख्यावां दा जोड़ असी पता करना है। आओ हल करदे हां, जीरो अते 50 दे विचकार टांक संख्यावां जो कि असी जानदे हां 1, 3, 5 एंड सो ऑन अते लास्ट विच 49 ਤਾਂ ਸਾਨੂੰ ਪਹਿਲੀ ਟਰਮ ਦਿੱਤੀ ਹੋਈ ਹੈ 1 ਅਤੇ ਸਾਂਝਾ ਅੰਤਰ ਅਸੀਂ 3 ਵਿੱਚੋਂ 1 ਘਟਾ ਕੇ 2 ਪ੍ਰਾਪਤ ਕਰ ਲੈਂਦੇ ਹਾਂ। ਜਿਸ ਤਰ੍ਹਾਂ ਅਸੀਂ ਜਾਣਦੇ ਹਾਂ ਲਾਸਟ ਟਰਮ ਸਾਡੇ ਕੋਲ 49 ਹੈ। ਐਲ ਦਾ ਸੂਤਰ ਅਸੀਂ ਜਾਣਦੇ ਹਾਂ ਏ ਪਲੱਸ ਐਨ ਮਾਈਨਸ 1 ਬੀ ਬਰਾਬਰ 49। ਏ ਦਾ ਮੁੱਲ ਸਾਡੇ ਕੋਲ 1 ਹੈ ਪਲੱਸ ਐਨ ਮਾਈਨਸ 1 ਡੀ ਸਾਡੇ ਕੋਲ 2 ਹੈ ਬਰਾਬਰ 49। ਐਨ ਮਾਈਨਸ 1 ਗੁਣਾ 2 ਬਰਾਬਰ 49। 1 ਨੂੰ ਸੱਜੇ ਪਾਸੇ ਸ਼ਿਫਟ ਕਰਨ ਤੇ ਮਾਈਨਸ 1 ਐਨ ਮਾਈਨਸ 1 2 ਬਰਾਬਰ 48। ਦੋਵਾਂ ਪਾਸੇ 2 ਨਾਲ ਭਾਗ ਕਰਨ ਤੇ ਐਨ ਮਾਈਨਸ 1 ਬਰਾਬਰ 48 ਬਟਾ 2 ਕੱਟਣ ਤੇ ਸਾਨੂੰ 24 ਪ੍ਰਾਪਤ ਹੋਇਆ। ਐਨ ਬਰਾਬਰ 24 ਇੱਕ ਮਾਈਨਸ 1 ਨੂੰ ਸੱਜੇ ਪਾਸੇ ਸ਼ਿਫਟ ਕਰ ਦਿੰਦੇ ਹਾਂ। ਇਸ ਤਰ੍ਹਾਂ ਐਨ ਬਰਾਬਰ 25 ਪ੍ਰਾਪਤ ਹੋਇਆ। ਹੁਣ ਅਸੀਂ ਸੰਖਿਆਵਾਂ ਦਾ ਜੋੜਫਲ ਪਤਾ ਕਰਨਾ ਹੈ। ਐਨ ਬਰਾਬਰ ਸਾਨੂੰ 25 ਪ੍ਰਾਪਤ ਹੋ ਚੁੱਕਿਆ ਹੈ। ਅਸੀਂ ਜੋੜਫਲ ਦਾ ਸੂਤਰ ਜਾਣਦੇ ਹਾਂ ਜੋ ਕਿ ਐਨ ਬਟਾ 2 ਏ ਪਲੱਸ ਐਲ ਹੁੰਦਾ ਹੈ। ਐਨ ਬਰਾਬਰ 25 ਭਰਨ ਤੇ 25 ਬਟਾ 2 ਏ ਦਾ ਮੁੱਲ ਸਾਡੇ ਕੋਲ 1 ਹੈ ਅਤੇ ਐਲ ਸਾਡੇ ਕੋਲ 49 ਹੈ। ਇਸ ਤਰ੍ਹਾਂ 25 ਬਟਾ 2 49 ਵਿੱਚ 1 ਜੋੜਨ ਤੇ 50 ਅਤੇ 2 ਨਾਲ 50 ਨੂੰ ਕੱਟਣ ਤੇ 25। ਇਸ ਤਰ੍ਹਾਂ ਐਸ 25 ਬਰਾਬਰ 25 ਗੁਣਾ 25 ਪ੍ਰਾਪਤ ਹੋਇਆ ਅਤੇ 25 ਨੂੰ 25 ਨਾਲ ਗੁਣਾ ਕਰਨ ਤੇ ਅਸੀਂ 625 ਪ੍ਰਾਪਤ ਕਰਦੇ ਹਾਂ। ਕੁਸ਼ਚਨ ਨੰਬਰ 15 ਨਿਰਮਾਣ ਕਾਰਜ ਨਾਲ ਸੰਬੰਧਿਤ ਕਿਸੇ ਠੇਕੇ ਵਿੱਚ ਕਿਸੇ ਨਿਸ਼ਚਿਤ ਮਿਤੀ ਤੋਂ ਬਾਅਦ ਦਾ ਕੰਮ ਦੇਰੀ ਨਾਲ ਪੂਰਾ ਕਰਨ ਲਈ ਜੁਰਮਾਨਾ ਲਗਾਉਣ ਦੀ ਵਿਵਸਥਾ ਇਸ ਪ੍ਰਕਾਰ ਹੈ। ਪਹਿਲੇ ਦਿਨ ਦੇ ਲਈ 200 ਰੁਪਇਆ, ਦੂਸਰੇ ਦਿਨ ਦੇ ਲਈ 250 ਰੁਪਏ, ਤੀਸਰੇ ਦਿਨ ਲਈ 300 ਆਦਿ। ਇੱਕ ਠੇਕੇਦਾਰ ਨੂੰ ਜੁਰਮਾਨੇ ਦੇ ਰੂਪ ਵਿੱਚ ਕਿੰਨੀ ਰਕਮ ਦੇਣੀ ਪਵੇਗੀ ਜੇਕਰ ਉਹ ਇਸ ਕੰਮ ਵਿੱਚ 30 ਦਿਨ ਦੀ ਦੇਰੀ ਕਰ ਦਿੰਦਾ ਹੈ? ਜੇਕਰ ਠੇਕੇਦਾਰ ਨਿਸ਼ਚਿਤ ਮਿਤੀ ਤੇ ਕੰਮ ਪੂਰਾ ਨਹੀਂ ਕਰਦਾ ਤਾਂ ਪਹਿਲੇ ਦਿਨ ਉਸਨੂੰ ਜੁਰਮਾਨਾ 200 ਰੁਪਏ ਹੈ, ਦੂਸਰੇ ਦਿਨ ਜੁਰਮਾਨਾ 250 ਹੈ ਅਤੇ ਤੀਸਰੇ ਦਿਨ 300 ਹੈ। ਇਸ ਤਰ੍ਹਾਂ ਠੇਕੇਦਾਰ ਨੂੰ ਕਿੰਨੀ ਰਕਮ ਦੇਣੀ ਪਵੇਗੀ 30 ਦਿਨ ਜੇ ਉਹ ਦੇਰੀ ਕਰਦਾ ਹੈ? ਤਾਂ ਸਾਨੂੰ ਦਿੱਤਾ ਹੈ 200, 250, 300 ਐਂਡ ਸੋ ਔਨ। ਅਸੀਂ ਦੇਖਦੇ ਹਾਂ ਇਹ ਬਰਾਬਰ 200 ਹੈ ਅਤੇ ਡੀ ਬਰਾਬਰ 250 ਵਿੱਚੋਂ 200 ਘਟਾ ਕੇ ਡੀ ਬਰਾਬਰ 50 ਪ੍ਰਾਪਤ ਹੁੰਦਾ ਹੈ ਅਤੇ ਸਾਨੂੰ ਐਨ ਬਰਾਬਰ 30 ਦਿੱਤਾ ਹੋਇਆ ਹੈ। ਅਸੀਂ ਜੋੜ ਕਰਨ ਦਾ ਸੂਤਰ ਜਾਣਦੇ ਹਾਂ ਐਨ ਬਟਾ 2 2A ਪਲੱਸ ਐਨ ਮਾਈਨਸ 1 ਡੀ। ਅਸੀਂ ਐਨ ਦਾ ਮੁੱਲ 30 ਭਰਦੇ ਹਾਂ, 30 ਬਟਾ 2 2 ਇਹ ਸਾਨੂੰ 200 ਦਿੱਤਾ ਹੋਇਆ ਹੈ ਪਲੱਸ 30 ਮਾਈਨਸ 1 ਡੀ ਦਾ ਮੁੱਲ ਸਾਡੇ ਕੋਲ 50 ਰੁਪਏ ਹੈ। ਤਾਂ ਇਸ ਤਰ੍ਹਾਂ 2 ਦੇ ਪਹਾੜੇ ਵਿੱਚ 30 ਨੂੰ ਕੱਟ ਦਿੰਦੇ ਹਾਂ 15। 2 ਨੂੰ 200 ਨਾਲ ਗੁਣਾ ਕਰਨ ਤੇ 400 ਪਲੱਸ 30 ਮਾਈਨਸ 1 29 ਗੁਣਾ 50 15। 400 ਪਲੱਸ 29 ਨੂੰ 50 ਨਾਲ ਗੁਣਾ ਕਰਨ ਤੇ 1450। ਇਸ ਤਰ੍ਹਾਂ 15 1450 ਵਿੱਚ 400 ਜੋੜਨ ਤੇ 1850। ਇਸ ਤਰ੍ਹਾਂ ਐਸ 30 ਬਰਾਬਰ 15 ਨੂੰ 1850 ਨਾਲ ਗੁਣਾ ਕਰਨ ਤੇ 27750 ਪ੍ਰਾਪਤ ਹੋਇਆ। ਜੋ ਸਵਾਲ ਅਸੀਂ ਅੱਜ ਕੀਤੇ ਉਹਨਾਂ ਨਾਲ ਸੰਬੰਧਿਤ ਇਹ 4 ਸਵਾਲ ਤੁਸੀਂ ਆਪਣੇ ਆਪ ਕਰਨੇ ਹਨ।
जे ना होन तां तुसीं कमेंट सैक्शन विच लिख सकदे हो, अगली वीडियो दे विच तुहानूं करवा दित्ते जाणगे।